ਫਿਰ ਆਪਣੇ ਲੱਖਾਂ ਹੀ ਦਰਸ਼ਕ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਕੋਨੇ ਕੋਨੇ ਵਾਸੀ ਇਸ ਨੂੰ ਟੈਲੀਵਿਜ਼ਨ ਵਾਚ ਕਰਦੇ ਨੇ। ਕਈ ਵਾਰ ਕੀ ਹੁੰਦਾ ਕਿ ਅਸੀਂ ਘਰ ਵਿੱਚ ਬੈਠੇ ਜਾਂ ਰੇਡੀਓ ਤੇ ਅਕਸਰ ਬਹੁਤ ਘੱਟ ਇਹੋ ਜਿਹੀ ਖ਼ਬਰਾਂ ਸੁਣਦੇ ਜਾਂ ਧਿਆਨ ਦਿੰਦੇ ਜਿਹੜੀ ਕਿ ਸਾਡੇ ਤੋਂ ਕੁਛ ਦੂਰ ਵਾਪਰਦੀਆਂ ਨੇ। ਸਾਡੇ ਕੈਨੇਡਾ ਜਾਂ ਬ੍ਰਿਟਿਸ਼ ਕੋਲੰਬੀਆ ਦੇ ਕੁਛ ਸ਼ਹਿਰਾਂ ਵਿੱਚ ਕੁਛ ਸ਼ਹਿਰ ਜਿਹੜੇ ਨੇ ਅੱਗ ਦੀ ਲਪੇਟ ਵਿੱਚ ਕੁਝ ਹਿੱਸਾ ਜੰਗਲ ਦਾ ਆ ਚੁੱਕਾ ਹੈ, ਜਿਹੜੀ ਕਿ ਬੜੀ ਤੇਜ਼ੀ ਨਾਲ ਪਿਛਲੇ ਕੁਝ ਦਿਨਾਂ ਤੋਂ ਇੰਨੀ ਅੱਗ ਭਿਆਨਕ ਜਿਹੜੀ ਫੈਲ ਰਹੀ ਤੇ ਜਿਸ ਕਰਕੇ ਬਹੁਤ ਸਾਰੇ ਸ਼ਹਿਰਾਂ ਵਿੱਚ ਵਸਣ ਵਾਲੇ ਲੋਕ ਜਿਹੜੇ ਨੇ ਉਹ ਬੇਘਰ ਹੋ ਚੁੱਕੇ ਨੇ। ਲਗਭਗ 43,000 ਲੋਕ ਬੇਘਰ ਨੇ। ਇਹਨਾਂ ਵਿੱਚ ਸਾਡੇ ਇੰਡੀਅਨ ਵੀ ਨੇ ਅਤੇ ਇਹਨਾਂ ਵਿੱਚ ਨੋਨ ਇੰਡੀਅਨ ਵੀ ਬਹੁਤ ਸਾਰੇ ਲੋਕ ਨੇ। ਤੇ ਇੱਥੇ ਦੋ ਗੁਰਦੁਆਰਾ ਸਾਹਿਬ ਨੇ ਜਿਹਨਾਂ ਗੁਰੂ ਮਹਾਰਾਜ ਸਰੂਪ ਜਿਹੜੇ ਨੇ, ਦੇਖੇ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੋਈ ਹੈ ਕਿ ਬਹੁਤ ਹੀ ਸਾਵਧਾਨੀ ਨਾਲ ਮਰਿਆਦਾ ਮੁਤਾਬਕ ਉਹਨਾਂ ਨੂੰ ਪਹਿਲਾਂ ਹੀ ਗੁਰੂ ਮਹਾਰਾਜ ਸਰੂਪਾਂ ਨੂੰ ਜਿਹੜਾ ਹੈ ਉਹ ਸੇਫ ਜਗ੍ਹਾ ਤੇ ਲਿਜਾਂਦਾ ਗਿਆ। ਅਸੀਂ ਇਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ। ਸਿੱਖ ਕੌਮ ਦਾ ਅਸੀਂ ਹਮੇਸ਼ਾ ਹੀ ਆਪਸ ਵਿੱਚ ਹੀ ਦੁੱਖ ਜਿਹੜਾ ਹੈ ਸਾਂਝਾ ਕਰਦੇ ਹਾਂ ਤੇ ਸਾਡੀ ਇੱਕ ਐਸੀ ਕੌਮ ਜੋ ਕਿ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸੂਬੇ ਦੇ ਵਿੱਚ ਛੋਟੇ ਛੋਟੇ ਸ਼ਹਿਰ ਨੇ ਵਿਲੀਅਮ ਲੇਕਸ, ਕਲੋਨਾ, ਕੈਮਰੂਪਸ ਅਤੇ ਕੁਝ ਹੋਰ ਸ਼ਹਿਰ। ਇਹਨਾਂ ਇਲਾਕਿਆਂ ਦੇ ਆਸ ਪਾਸ ਬਹੁਤ ਵੱਡੀ ਗਿਣਤੀ ਵਿੱਚ ਜੰਗਲ ਹੋਣ ਕਰਕੇ ਅੱਗ ਦੀ ਲਪੇਟ ਵਿੱਚ ਇਹ ਇਲਾਕਾ ਹੈ ਅਤੇ ਕੈਨੇਡਾ ਦੇ ਵੱਖ ਵੱਖ ਸ਼ਹਿਰ ਵਿੱਚੋਂ ਫਾਇਰ ਫਾਈਟਰ ਅਤੇ ਐਂਬੂਲੈਂਸ ਜਿਹੜੇ ਨੇ ਪਹੁੰਚੇ ਹੋਏ ਨੇ। ਸਰਕਾਰ ਵੱਲੋਂ ਬਹੁਤ ਹੀ ਪੁਖਤਾ ਪ੍ਰਬੰਧ ਨੇ ਅਤੇ ਅਸੀਂ ਇਹਨਾਂ ਚੰਗੇ ਪ੍ਰਬੰਧਾਂ ਲਈ ਬਹੁਤ ਬਹੁਤ ਮੁਬਾਰਕਬਾਦ ਦੇਣੀ ਚਾਹਾਂਗੇ। ਪਰ ਸਾਨੂੰ ਅਫਸੋਸ ਹੈ ਕਿ ਜਿਹੜੇ ਸਾਡੇ ਭਰਾ ਇਸ ਵੇਲੇ ਸਾਡੇ ਉਹ ਲੋਕ ਬੇਘਰ ਨੇ। ਔਰ ਬੇਘਰ ਹੋਣਾ ਤੁਸੀਂ ਜਾਣਦੇ ਹੋ ਕਿੰਨਾ ਮੁਸ਼ਕਲ ਹੁੰਦਾ ਹੈ। ਬੱਚੇ ਵੀ ਹੁੰਦੇ ਨੇ, ਬਜ਼ੁਰਗ ਵੀ ਹੁੰਦੇ ਨੇ, ਕੁਝ ਲੋਕ ਬਿਮਾਰੀ ਦੇ ਸ਼ਿਕਾਰ ਵੀ ਹੁੰਦੇ ਨੇ, ਕੁਝ ਪਰਿਵਾਰਾਂ ਵਿੱਚ ਆਉਣ ਵਾਲਾ ਸਮਾਂ ਖੁਸ਼ੀ ਵਾਲਾ ਹੁੰਦਾ ਕਿ ਕਿਸੇ ਬੱਚੇ ਡਿਲੀਵਰੀ ਹੋਣੀ ਹੁੰਦੀ ਹੈ, ਕਿੰਨਾ ਮੁਸ਼ਕਲ ਹੁੰਦਾ ਹੈ ਉਹਨਾਂ ਪਰਿਵਾਰਾਂ ਨੂੰ। ਅਤੇ ਤੁਸੀਂ ਜੋਬ ਤੇ ਵੀ ਨਹੀਂ ਜਾ ਸਕਦੇ, ਬੱਚੇ ਸਕੂਲ ਨਹੀਂ ਜਾ ਸਕਦੇ। ਮੇਰੇ ਲਾਈਨ 'ਚ ਸਾਡੀ ਕਮਿਊਨਿਟੀ ਦੇ ਹਰਦੇਵ ਸਿੰਘ ਜੋਹਰ ਸਾਹਿਬ ਨੂੰ ਮੁਲਾਕਾਤ ਹੋਣਗੇ ਇਸ ਵੇਲੇ ਇਸ ਇਲਾਕੇ ਤੋਂ। ਜੋਹਰ ਸਾਹਿਬ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਆਪ ਜੀ ਨੂੰ ਜੀ ਹੈ। ਹੁਸ਼ਿਆਰਪੁਰ ਰੋਡ ਦੇ ਉੱਤੇ ਤਕਰੀਬਨ ਜਲੰਧਰ ਤੋਂ 4 ਕਿਲੋਮੀਟਰ ਦੂਰ ਤੇ ਸਾਡਾ ਪਿੰਡ ਹੈ ਜੋਹਰ ਜੀ। ਤੇ ਮੈਂ ਇੱਥੇ ਵਿਲੀਅਮਸ ਲੇਕ ਦੇ ਵਿੱਚ 4-7 ਪਹਿਲਾਂ ਤੋਂ ਇੱਥੇ ਰਹਿ ਰਿਹਾ, ਕੰਟੀਨਿਊਸ ਸਿੱਧਾ ਵਿਲੀਅਮਸ ਲੇਕ ਤੇ ਆਇਆ ਸੀ ਜੀ। ਜੋ ਸਭ ਜਿਹੜਾ ਬ੍ਰਿਟਿਸ਼ ਕੋਲੰਬੀਆ ਦਾ ਇਲਾਕਾ ਹੈ, ਸ਼ਹਿਰ ਨੇ ਵਿਲੀਅਮਸ ਲੇਕ, ਕਲੋਨਾ, ਕੈਮਰੂਪਸ, ਇਹ ਕਿੰਨੀ ਕੁ ਪੰਜਾਬ ਇੱਥੇ ਵਸੋਂ ਹੈ ਲੋਕਾਂ ਦੀ, ਤੇ ਇਹਦੇ ਵਿੱਚ ਸਪੈਸ਼ਲੀ ਪੰਜਾਬੀ ਕਿੰਨੇ ਵਸਦੇ ਨੇ? ਆਪਣੀ ਵਸੋਂ ਬਹੁਤ ਸੰਘਣੀ ਹੈ ਇਹਨਾਂ ਜਿਹਨਾਂ ਦੇ ਵਿੱਚ, ਲੇਕਿਨ ਜਿਹੜਾ ਸ਼ਹਿਰ ਵਿਲੀਅਮਸ ਲੇਕ ਹੈ ਇਹਦੇ ਵਿੱਚ ਕਮਿਊਨਿਟੀ ਹੁਣ ਘੱਟ ਹੈ ਕਿਉਂਕਿ ਇਹ ਤੁਹਾਡਾ ਵੀ ਸ਼ਹਿਰ ਹੈ, ਤੁਸੀਂ ਵੀ ਇੱਥੇ ਰਹੇ ਹੋ ਪਹਿਲਾਂ। ਹੁਣ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਗਏ ਜਾਂ ਵੱਡੇ ਸ਼ਹਿਰਾਂ 'ਚ ਜਾ ਕੇ ਉਹ ਸੈਟਲ ਹੋ ਗਏ ਤਾਂ ਪੇਰੈਂਟਸ ਉੱਥੋਂ ਮੂਵ ਹੋਈ ਜਾਂਦੇ ਨੇ। ਹੁਣ ਵੀ ਆਲਮੋਸਟ 100 ਪਰਿਵਾਰ ਉੱਥੇ ਰਹਿ ਰਿਹਾ ਆ ਤੇ 2 ਗੁਰਦੁਆਰਾ ਸਾਹਿਬ ਨੇ ਉਸ ਟਾਊਨ ਦੇ ਵਿੱਚ, ਤੇ ਜਿਹੜੇ ਕਿ ਮਹਾਰਾਜ ਦੇ ਸਰੂਪ ਤੇ ਗੁਰੂ ਘਰ ਦੇ ਵਜ਼ੀਰ ਨਾਲ ਸਾਰੇ ਕੈਮਰੂਪਸ ਅਸੀਂ ਲਏ ਆ 15 ਤਰੀਕ ਸ਼ਾਮ ਨੂੰ, ਜਿਸ ਵੇਲੇ ਅੱਜ ਦਾ ਜ਼ਿਆਦਾ ਭਾਂਬੜ ਮੱਚਿਆ ਜੀ। ਜੋਸਫ, ਜਿਹੜੀ ਆਗਿਆ ਅਕਸਰ ਗਰਮੀ ਰੁੱਤ ਵਿੱਚ ਅਮਰੀਕਾ ਦੇ ਕੁਝ ਪ੍ਰਾਂਤਾਂ ਵਿੱਚ, ਸਾਡੇ ਇਹਨਾਂ ਇਲਾਕਿਆਂ ਵਿੱਚ ਵੀ ਲੱਗਦੀ ਹੈ, ਪਰ ਇਸ ਸਾਲ ਤਾਂ ਇਹ ਅੱਗ ਜਿਹੜੀ ਬਹੁਤ ਭਿਆਨਕ ਜਿਹੜੀ ਇਹ ਲੱਗੀ ਹੈ ਔਰ ਇਹ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਔਰ ਕਿੰਨਾ ਕਿਲੋਮੀਟਰ ਦੂਰੀ ਤੇ ਅੱਗ ਜਿਹੜੀ ਹੈ ਇਸ ਵੇਲੇ ਇਹਨਾਂ ਸ਼ਹਿਰਾਂ ਤੋਂ ਹੈ, ਅੱਜ ਤੁਹਾਨੂੰ ਇਸ ਇਲਾਕੇ ਵਿੱਚ ਅਵੇਕੁਟ ਕੀਤਾ ਗਿਆ ਹੈ ਲੋਕਾਂ ਨੂੰ? ਪਿਛਲੇ 4 ਸਾਲ ਤੋਂ ਤਾਂ ਮੈਂ ਤਕਰੀਬਨ ਘੱਟ ਵੱਧ ਸੁਣਿਆ ਸੀ ਇਸ ਏਰੀਏ ਦੇ ਵਿੱਚ ਅੱਗ, ਠੀਕ ਹੈ, ਹੋਰ ਦੂਰ ਇਲਾਕਿਆਂ 'ਚ ਹੁੰਦੀ ਸੀ, ਪਰ ਇਸ ਵਾਰ ਤਕਰੀਬਨ ਪੂਰਾ ਵਿਲੀਅਮ ਸਲੇਕ ਸ਼ਹਿਰ ਚਾਰੋਂ ਤਰਫ ਤੋਂ ਅੱਗ ਘਿਰਿਆ ਹੋਇਆ ਤੇ ਇਸ ਤੋਂ ਦੂਰ ਦੂਰ ਦੇ ਇਲਾਕੇ
ਪਟਾਕੇ ਵੀ ਜਿੱਦਾਂ 100 ਮਾਈਲ ਹਾਊਸ ਹੈ, 150 ਮਾਈਲ ਏਰੀਆ ਕਾਫੀ ਜਗ੍ਹਾ ਤੇ ਸਾਡੀ ਲਾਈਨ ਜਿਹੜੀ ਕਲੀਅਰ ਨਹੀਂ ਮੈਰੀ ਕਿ ਤੁਸੀਂ ਇਸ ਇਲਾਕੇ ਵਿੱਚ ਸਰਕਾਰ ਵੱਲੋਂ ਕੈਂਪ ਲਾਏ ਗਏ ਨੇ, ਸਰਕਾਰ ਵੱਲੋਂ ਕੁਝ ਇੰਤਜ਼ਾਮ ਕੀਤੇ ਗਏ ਨੇ, ਵੱਖ ਕਮਿਊਨਿਟੀ ਸੈਂਟਰਾਂ ਵਿੱਚ ਇਹ ਪਰਿਵਾਰ ਬਿਠਾਏ ਗਏ ਨੇ, ਕੁਝ ਰਿਸ਼ਤਾ ਗਏ ਹੋਏ ਨੇ, ਸਾਡੀ ਆਵਾਜ਼ ਇਸ ਇਲਾਕੇ 'ਚ ਪ੍ਰੋਪਰ ਨਹੀਂ ਮਿਲੀ ਸਿਗਨਲ, ਸੋ ਅਸੀਂ ਇਹ ਕੰਟੀਨਿਊ ਕਰ ਰੱਖਾਂਗੇ। ਔਰ ਤੁਸੀਂ ਜੋਰ ਸਾਹਿਬ ਲਾਈਨ ਹੋਲਡ ਰੱਖੋ, ਅਸੀਂ ਕੁਝ ਸੰਦੇਸ਼ਾਂ ਤੋਂ ਬਾਅਦ ਆਪਣੇ ਅੰਟਾਰੀਓ ਅਤੇ ਦੂਜੇ ਕੋਨੇ ਕੋਨੇ ਵਸਦੇ ਲੋਕਾਂ ਦੱਸਣਾ ਚਾਹਾਂਗੇ ਕਿ ਕੈਨੇਡਾ ਦਾ ਇੱਕ ਹਿੱਸਾ ਇੱਕ ਪ੍ਰਾਂਤ ਦੇ ਵਿੱਚ ਕੁਝ ਐਸੇ ਸ਼ਹਿਰ ਨੇ ਜਿਹੜੇ ਕਿ ਅੱਗ ਦੀ ਲਪੇਟ ਦੇ ਵਿੱਚ ਅਤੇ ਕੈਨੇਡਾ ਦੇ ਵੱਖ ਵੱਖ ਪ੍ਰਾਂਤ ਤੋਂ ਬਹੁਤ ਵੱਡੀ ਗਿਣਤੀ ਵਿੱਚ ਫਾਇਰ ਫਾਈਟਰਸ ਅਤੇ ਜਿਹਨੂੰ ਅਸੀਂ ਅੱਗ ਬੁਝਾਊ ਯੰਤਰ ਕਹਿੰਦੇ ਹਾਂ ਅਤੇ ਐਂਬੂਲੈਂਸ ਅਤੇ ਕੁਝ ਇਹੋ ਜਿਹੀ ਮਸ਼ੀਨਰੀ ਪਹੁੰਚੀ ਹੈ ਜੋ ਕਿ ਫਸਟ ਏਡ ਦੇਣ ਵਾਸਤੇ ਤਤਪਰ ਹੈ ਅਤੇ ਸਰਕਾਰ ਵੱਲੋਂ ਬਹੁਤ ਅੱਛੇ ਇੰਤਜ਼ਾਮ ਨੇ। ਪਰ ਸਾਡੀ ਸਿੱਖ ਕਮਿਊਨਿਟੀ ਵੀ ਇਹਨਾਂ ਦੇ ਵਾਸਤੇ ਇੰਤਜ਼ਾਮ ਕਰਨ ਵਿੱਚ ਕੋਈ ਟਲ ਨਹੀਂ ਹੈ, ਉਹ ਵੀ ਚਾਹੁੰਦੀ ਕਿ ਅਸੀਂ ਮਦਦ ਕਰੀਏ, ਜਿੰਨੀ ਮਦਦ ਮੰਗਣਗੇ ਅਸੀਂ ਦੇਣ ਨੂੰ ਤਿਆਰ ਹੈ। ਜੋਸਫ ਤੁਸੀਂ ਲਾਈਨ ਨੂੰ ਹੋਲਡ ਰੱਖੋ, ਅਸੀਂ ਤੁਹਾਡੇ ਨਾਲ ਫਿਰ ਜੁੜਦੇ ਹਾਂ ਕਿਉਂਕਿ ਪ੍ਰੋਬਲਮ ਜਿਹੜੀ ਆਵਾਜ਼ ਤੁਹਾਡੀ ਸਾਨੂੰ ਸਾਫ਼ ਨਹੀਂ ਦੇ ਰਹੀ ਇਸ ਇਲਾਕੇ ਵਿੱਚੋਂ, ਕਿਉਂਕਿ ਇਸ ਇਲਾਕੇ ਵਿੱਚ ਅੱਗ ਦੇ ਪਾਂਬਰ ਜਿਹੜੇ ਨੇ ਮੱਚ ਰਹੇ ਨੇ ਔਰ ਕਿੰਨਾ ਨੁਕਸਾਨ ਜਿਹੜਾ ਹੈ ਉਹ ਮਾਲੀ ਹੋ ਰਿਹਾ ਹੈ ਅਤੇ ਜਾਨੀ ਨੁਕਸਾਨ ਨਾ ਹੋਣ ਦੀਆਂ ਖ਼ਬਰਾਂ ਮਿਲਣ ਦੇ ਨਾਲ ਮਨ ਨੂੰ ਇੰਨੀ ਜ਼ਰੂਰ ਖੁਸ਼ੀ ਹੈ। ਅਸੀਂ ਵਾਪਸ ਆ ਰਹੇ ਹਾਂ, ਸਾਡੀ ਗੱਲਬਾਤ ਜਿਹੜੀ ਹੈ ਤਕਰੀਬਨ ਲਗਾਤਾਰ ਜਾ ਰਹੀ ਹੈਗੀ, ਅਸੀਂ ਦੱਸਾਂਗੇ ਕਿ ਇਸ ਵੇਲੇ